ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਅਤੇ ਨਾਲ ਹੀ ਤੁਹਾਡਾ ਸਵਾਗਤ ਕਰਦੇ ਹਾਂ ਪੰਜਾਬੀ ਜੱਟ ਦੀ ਨਵੀਂ ਵੀਡੀਓ ਵਿੱਚ। ਤਾਂ ਅੱਜ ਤੁਹਾਡੇ ਲਈ ਬਹੁਤ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ, ਕਿਉਂਕਿ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਕਰਨ ਔਜਲਾ ਦੀ ਆਉਣ ਵਾਲੀ ਐਲਬਮ ਬਾਰੇ। ਕਰਨ ਔਜਲਾ ਦੀ ਐਲਬਮ ਬਾਰੇ ਇੱਕ ਵੱਡੀ ਗੱਲ ਪਤਾ ਲੱਗ ਗਈ ਹੈ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਕਰਨ ਔਜਲਾ ਦੀ ਐਲਬਮ ਦਾ ਨਾਮ ਕੀ ਹੋਵੇਗਾ ਅਤੇ ਉਹ ਕਦੋਂ ਰਿਲੀਜ਼ ਹੋਵੇਗੀ। ਇਹ ਸਭ ਕੁਝ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਜੇਕਰ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਇਹ ਜਿਹੀ ਹੋਰ ਵੀਡੀਓ ਦੇਖਣ ਦੇ ਲਈ, ਅਤੇ ਨਾਲ ਆਉਣ ਵਾਲਾ ਬੈਲ ਆਈਕਨ ਜ਼ਰੂਰ ਦੱਬ ਲੈਣਾ ਤਾਂ ਕਿ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਕਰਨ ਔਜਲਾ ਨੇ ਅੱਜ ਆਪਣੇ ਮਾਂ ਬਾਪ ਅਤੇ ਆਪਣੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਇੰਸਟਾਗ੍ਰਾਮ 'ਤੇ ਸਨੈਪਚੈਟ 'ਤੇ। ਉਹਨਾਂ ਦੇ ਹੀ ਵਿੱਚੋਂ ਇੱਕ ਫੋਟੋ ਦੇ ਥੱਲੇ ਉਹਨਾਂ ਨੇ ਹੈਸ਼ਟੈਗ ਲਿਖਿਆ ਐਲਬਮ, ਅਤੇ ਨਾਲ ਹੀ ਹੈਸ਼ਟੈਗ ਲਿਖਿਆ ਡਾਇਮੰਡ ਇਨ ਦੀ ਡਰਟ, ਜਿਸ ਤੋਂ ਸਾਫ ਪਤਾ ਲੱਗ ਜਾਂਦਾ ਹੈ ਕਿ ਡਾਇਮੰਡ ਇਨ ਦੀ ਡਰਟ ਐਲਬਮ ਦਾ ਨਾਮ ਹੀ ਹੋਣ ਵਾਲਾ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਕਰਨ ਔਜਲਾ ਦੀ ਐਲਬਮ ਆਪਾਂ ਨੂੰ ਬਹੁਤ ਜਲਦ ਦੇਖਣ ਨੂੰ ਮਿਲਣ ਵਾਲੀ ਹੈ, ਜਿਸ ਦੀ ਕਿ ਰਿਲੀਜ਼ ਡੇਟ ਕਰਨ ਔਜਲਾ ਗੈਂਗ ਨੇ ਪਾਈ। ਕਰਨ ਔਜਲਾ ਗੈਂਗ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ 'ਤੇ। ਕਰਨ ਔਜਲਾ ਗੈਂਗ ਦਾ ਇੰਸਟਾਗ੍ਰਾਮ 'ਤੇ ਇੱਕ ਫੈਨ ਪੇਜ ਹੈ, ਤਾਂ ਉਸਨੂੰ ਜਾ ਕੇ ਜ਼ਰੂਰ ਫੋਲੋ ਕਰ ਲੈਣਾ, ਲਿੰਕ ਡਿਸਕ੍ਰਿਪਸ਼ਨ ਵਿੱਚ ਵੀ ਦਿੱਤਾ ਹੋਇਆ ਹੈ। ਕਰਨ ਔਜਲਾ ਦੇ ਹੀ ਟੀਮ ਦੇ ਮੈਂਬਰ ਸੁੱਖ ਬਾਜਵਾ ਉਹਨਾਂ ਨੇ ਵੀ ਸਟੋਰੀ ਪਾ ਕੇ ਲਿਖਿਆ ਡਾਇਮੰਡ ਇਨ ਦੀ ਡਰਟ। ਤਾਂ ਹੁਣ ਤੁਹਾਨੂੰ ਦਿਖਾ ਦਿੰਦੇ ਹਾਂ ਕਰਨ ਔਜਲਾ ਦੀ ਐਲਬਮ ਦੀ ਰਿਲੀਜ਼ ਡੇਟ। ਕਰਨ ਔਜਲਾ ਦੀ ਇਹ ਐਲਬਮ 5 ਮਈ 2021 ਨੂੰ ਰਿਲੀਜ਼ ਹੋਵੇਗੀ, ਜਿਸ ਬਾਰੇ ਕਿ ਕਰਨ ਔਜਲਾ ਗੈਂਗ ਫੈਨ ਪੇਜ ਨੇ ਦੱਸਿਆ ਇੰਸਟਾਗ੍ਰਾਮ 'ਤੇ ਸਟੋਰੀ ਪਾ ਕੇ, ਅਤੇ ਨਾਲ ਇੱਕ ਹੋਰ ਸਟੋਰੀ ਪਾ ਕੇ ਲਿਖਿਆ ਅਗਲਾ ਪੋਸਟਰ ਆਵੇ ਫਿਰ। ਕਰਨ ਔਜਲਾ ਦੀ ਐਲਬਮ ਦਾ ਆਪਾਂ ਨੂੰ ਹੁਣ ਪੋਸਟਰ ਬਹੁਤ ਛੇਤੀ ਦੇਖਣ ਨੂੰ ਮਿਲਣ ਵਾਲਾ ਹੈ, ਤਾਂ ਕਿਹਨੂੰ ਵੇਟ ਹੈ ਡਾਇਮੰਡ ਇਨ ਦੀ ਡਰਟ ਐਲਬਮ ਦਾ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਨਾਲ ਹੀ ਕਰਨ ਔਜਲਾ ਦੇ ਕੱਟੜ ਫੈਨ ਵੀਡੀਓ ਨੂੰ ਚੱਲਦੇ ਚੱਲਦੇ ਜ਼ਰੂਰ ਲਾਈਕ ਕਰ ਦੇਣਾ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਇਹ ਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ। ਤਾਂ ਇਸ ਵੀਡੀਓ ਵਿੱਚ ਬਸ ਇੰਨਾ ਹੀ, ਤਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ।